ਲੈ ਬਾਬਾ ਸਟਾਰਟ ਹੀ ਅਕੂ ਯਾਨੀ ਕਿ ਅਸਾਂ ਚੱਲਦਾ ਉਦੋਂ ਬਾਅਦ ਸਾਨੂੰ ਆਪ ਪਤਾ ਲੱਗ ਜਾਏਗਾ ਅੱਲਾਹ ਪਾਕ ਮਾਫੀ ਦੇ ਰਾਜ਼ਕ ਉੱਤੇ ਅੱਲਾਹ ਦੀ ਦਾਤ ਬੈਠੀ ਠੀਕ ਹੈ ਉਹ ਇਹਨਾਂ ਦਾ ਵੀ ਅੱਲਾਹ ਸਾਡਾ ਵੀ ਅੱਲਾਹ ਇਹਨਾਂ ਨੂੰ ਵੀ ਰਿਜ਼ਕ ਦਿੰਦਾ ਸਾਨੂੰ ਵੀ ਰਿਜ਼ਕ ਦਿੰਦਾ ਠੀਕ ਹੈ ਮੈਂ ਸਮਝਦਾ ਇਹਨਾਂ ਦਾ ਵੀ ਵੱਡਾ ਪਾਉਂਦੇ ਜਿਹੜਾ ਤਕਰੀਬ ਲਿਆਏ ਨੇ ਔਰ ਮੈਂ ਇਹ ਉਹਨਾਂ ਦੀ ਸਾਡੀ ਦਾਤ ਰਸੀ ਕਰਨ ਦਾ ਬਲਕਿ ਮੈਂ ਤਾਂ ਸ਼ਰਮਿੰਦਾ ਵੀ ਹਾਂ ਅਤੇ ਮੈਂ ਬਹੁਤ ਬਹੁਤ ਸ਼ੁਕਰੀਆ ਜੋ ਸਾਹਿਬ ਦਾ ਦਾਤ ਕਰਦਾ ਵਿੱਚੋ ਸਾਹਿਬ ਨੇ ਪ੍ਰਸਾਦੀ ਕਰਤਾਰ ਉਦਾਰ ਕੀਤਾ ਅਤੇ ਚਲੋ ਅਸੀਂ ਇਹ ਜਿਹੜੇ ਸ਼ਾਰਟ ਟਾਈਮ ਦੇ ਵਿੱਚ ਬੜਾ ਸ਼ਾਰਟ ਟਾਈਮ ਦੇ ਵਿੱਚ ਆਏ ਨੇ ਪੂਰੇ ਇਹਨਾਂ ਨੇ ਸਾਰਿਆਂ ਦੀ ਜਾਨੀ ਕਿ ਜਿਹੜੀ ਕਿ ਉਹ ਸਾਹਮਣੇ ਕੀ ਹੋ ਗਏ ਅਤੇ ਤੁਹਾਡਾ ਵੀ ਮੈਂ ਸ਼ੁਕਰੀਆ ਅਦਾ ਕਰਦਾ ਤੁਹਾਡਾ ਜਿਹਨਾਂ ਨੇ ਬੜਾ ਸ਼ੈਕ ਰੋਲ ਅਦਾ ਕਰਕੇ ਕਿਉਂਕਿ ਰਾਤੀ ਮੇਰੀ ਜੋ ਕਬੂਲ ਕਰੇ ਸਾਹਿਬ ਨੇ 12 ਵਜੇ ਫੋਨ ਕੀਤਾ ਅਤੇ ਮੈਂ ਮੈਨੂੰ ਇਹਨਾਂ ਨੇ ਬਾਰ ਬਾਰ ਕਿਹਾ ਮੈਂ ਕਿਹਾ ਨਹੀਂ ਜੋ ਸਾਹਿਬ ਤੁਹਾਡੇ ਉਹਦੀ ਕੋਈ ਤੋੜ ਨਹੀਂ ਮੈਂ ਸਵੇਰੇ ਜਾਦਾ ਅੱਲਾਹ ਦੇ ਫਜ਼ਲ ਦੇ ਨਾਲ ਸਾਰਾ ਠੀਕ ਹੋ ਜਾਵੇ ਕੋਈ ਐਸਾ ਗੱਲ ਨਹੀਂ ਸਾਰੇ ਤੁਹਾਡੇ ਵਿਵਾਦੇ ਨੇ ਕੋਈ ਐਸਾ ਮਸਲਾ ਨਹੀਂ ਸਾਰੇ ਤੁਹਾਡੇ ਭਾਈ ਨੇ ਅਤੇ ਸਾਰੇ ਤੁਹਾਨੂੰ ਚਾਹ ਵਾਲੇ ਨੇ ਕੋਈ ਪੱਤ ਕੇ ਆਪਣੇ ਘਰ ਆਏ ਨੇ ਅਤੇ ਸਾਰੇ ਖਾਂਦੇ ਪੀਂਦੇ ਨੇ ਕੋਈ ਐਸੀ ਗੱਲ ਨਹੀਂ ਕਿ ਜਿਹੜੀ ਲਾਲਚ ਧੱਬੇ ਵਾਲੀ ਗੱਲ ਕੋਈ ਨਹੀਂ ਜਿਹੜਾ ਕਿਸੇ ਦੇ ਵਪਾਰ ਅਤੇ ਇਹਦੇ ਨਾਲ ਹੀ ਮੈਂ ਮੇਰਾ ਖਿਆਲ ਜਲ ਚਾਲ ਦਾ ਕੋਈ ਹੋਰ ਕਿਸੇ ਨੇ ਗੱਲ ਕਰਨੀ ਹੈ ਕੋਈ ਮਾਂ ਤੇ ਗੱਲ ਕਰਨੀ ਹੈ ਫੋਨ ਪੇ ਹੁੰਦੇ ਚਲੋ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਕੀ ਹਾਲ ਹੈ ਚਲੋ ਅਗਰ ਕਿਸੇ ਨੇ ਕੁਛ ਮਹਿਸੂਸ ਕੀਤਾ ਮੈਂ ਮਦਦ ਕਰਨਾ ਕਿਉਂਕਿ ਸਾਡਾ ਜਿਹੜਾ ਮਕਸਦ ਹੈ ਬਾਕੀ ਕੱਲ ਰਾਤ ਵਟਸਐਪ ਦਾ ਮੇਰੀ ਗੱਲ ਹੋਈ ਸੀ ਇਹਨਾਂ ਨੇ ਤਾਂ ਦੱਸਿਆ ਕਿਹਾ ਸੀ ਕਿ ਬਿਲਕੁਲ ਆਉਣ ਦੀ ਲੋੜ ਕੋਈ ਨਹੀਂ ਗੱਲ ਹੋ ਗਈ ਸਾਰੀ ਅਤੇ ਅੱਜ ਮੇਰਾ ਪ੍ਰੋਗਰਾਮ ਵੀ ਨਹੀਂ ਸੀ ਅਤੇ ਆਪਣਾ ਅਹਿਸਾਨ ਸਾਹਿਬ ਅਤੇ ਖਾਲਿਦ ਸਾਹਿਬ ਨੇ ਮੈਨੂੰ ਹੱਥ ਫੜ ਕੇ ਗੱਡੀ 'ਚ ਆ ਕੇ ਸਰਵਾਏ ਕੌਣ ਪਤਾ ਮੈਂ ਨਾਂ ਨਹੀਂ ਕਰ ਸਕਦਾ ਤਲਕ ਇਸ ਤਰ੍ਹਾਂ ਦਾ ਪਰ ਹੁਣ ਤੁਹਾਡਾ ਵੀ ਇਸ ਤਰ੍ਹਾਂ ਦਾ ਤਲਕ ਬਣ ਗਿਆ ਅਤੇ ਜੋ ਬਾਕੀਆਂ ਨਾਲ ਤਲਕ ਹੈ ਤੁਹਾਡੇ ਸਾਰਿਆਂ ਨਾਲ ਉਹੀ ਤਲਕ ਹੈ ਬੈਣ ਦੇ ਦਿਓ ਤੂੰ ਚਾਰ ਚਲਾਈ ਜਾਈਏ।
ਜ਼ਿੰਦਗੀ ਵਿੱਚ ਪਹਿਲਾਂ ਆਏ ਨਹੀਂ ਕੋਈ ਆਉਂਦਾ ਨਹੀਂ ਕੋਈ ਨਹੀਂ ਐ ਮੈਂ ਵੀ